ਭਾਅ ਜੀ, ਲਿਫਟਿੰਗ ਵੇਟ ਇਜ਼ ਨੋਟ ਆਲ ਅਬਾਊਟ ਬਿਲਡਿੰਗ ਮਸਲਸ, ਇਟਸ ਨੋਟ ਆਲ ਅਬਾਊਟ ਲਿਫਟਿੰਗ ਹੈਵੀ ਵੇਟਸ, ਇਟਸ ਆਲ ਅਬਾਊਟ ਰੀਜਨਰੇਟਿੰਗ ਯੋਰ ਸੈਲਫ, ਬਿਕੋਜ਼ ਐਵਰੀ ਡੇ ਵੀ ਹੈਵ ਲੋਟ ਆਫ ਚੈਲੇਂਜਿਸ ਇਨ ਆਰ ਲਾਈਫ, ਸੋ ਵੀ ਵਾਂਟ ਟੂ ਮੇਕ ਸ਼ੋਰ ਦੈਟ ਵੀ ਆਰ ਕੈਪੇਬਲ ਆਫ ਹੈਂਡਲਿੰਗ ਆਲ ਦੋਜ਼ ਚੈਲੇਂਜਿੰਗ ਵਿਦ ਪੋਜ਼ਿਟਿਵ ਐਨਰਜੀ. ਸੋ ਦਿਸ ਇਜ਼ ਵੈਰੀ ਇੰਪੋਰਟੈਂਟ. ਸੋ ਦੈਟਸ ਵਾਟ ਵੀ ਗੋਨਾ ਡੂ ਟੁਡੇ. I'm glad that Har Paji is with me today at Fitpace Gymnasium Cranbourne. So we are mixing up all the exercises. We're going to have a very good pump. Cheers. Our chest vadda muscle na, haan ji, so we have to hit each and every muscle fiber na, haan ji. So it's all about aapa mark dekh rahe hain na, haan ji. So if we do wide, haan ji, so this is going to target your outside, your upper chest, haan ji. When you go close, haan ji, this is going to be your triceps, haan ji, and at the same time you're focusing your middle chest, which is inner muscle fibers. Achha. So this is all about switching your brain that which muscle you go to. Te ek jada hatha di ek aa hath di grip uthe da grip jada, haan ji, te is grip ch koi fark hai ji? Bhaji, everybody is different, haan ji. So some people like thumb grip, haan ji. Thumb grip de vich edda ke toda jehdi pakda oh hamesha control ch nahi hundi, haan ji. Let's say you're doing heavy reps, haan ji, haan ji, this can move, haan ji, but when you have proper thumb grip, haan ji, and your grip is tight, haan ji, this is going to support you more, bhaji. Okay ji, hai na, haan ji. So you have more grip, matlab grip da hisab hai sir, haan ji. Okay ji, haan ji, haan ji, lo 15 reps, yeah, very good, shabash. Remember waking them up, yeah good, keep breathing, never you hold your breath, yeah. Give me 5 more reps. Good. 1. Keep it tight. 2. 3. 4. Last one. And ye apna warm up hi hai. Haan ji. Haan ji. Haan ji. Haan ji. Bhai, grip apa hamesha tight rakhne hai. Haan ji. So that apa weight jada hamesha sade control ch rahe hai na. Haan. So once is under control, then you start going down. Good, yeah, very good. Shabash, bahu de karo control, shabash, let's go, keep pushing, yeah good, shabash, good. Chalo lao do tin rep kar lao, shabash, yeah, squeeze, come on, go, do aur, all yours, one more, go. Squeeze it harder. One more. Let's go. And drop. ਆਪਾਂ ਕੋਈ ਵੀ ਐਕਸਰਸਾਈਜ਼ ਕਰਨੀ ਆ, ਸਾਡੀ ਫੁੱਟ ਦੀ ਪੋਜੀਸ਼ਨਿੰਗ ਬਹੁਤ ਇੰਪੋਰਟੈਂਟ ਆ, ਹਾਂਜੀ. ਐਂਡ ਦੂਜੀ ਚੀਜ਼ ਜਿਹੜੀ ਇੰਪੋਰਟੈਂਟ ਆ, ਐਕਟੀਵੇਸ਼ਨ ਆਫ ਲੋਅਰ ਬੈਕ ਐਂਡ ਟਾਈਟਨੈਸ ਆਫ ਗਲੂਟਸ, ਹਾਂਜੀ. ਸੋ ਜੇ ਸਾਡਾ ਮਿਡ ਸੈਕਸ਼ਨ ਲੂਜ਼ ਹੋਊਗਾ, ਹਾਂਜੀ, ਤੇ ਫਿਰ ਅਸੀਂ ਪ੍ਰੋਪਰ ਰੈਪ ਨਹੀਂ ਕਰਾਂਗੇ, ਇਹ ਸ਼ੇਕ ਕਰਦੀ ਰਹੂਗੀ ਬਾਹਰ. ਸੋ ਜਸਟ ਟੂ ਅਵੋਇਡ ਦੈਟ, ਸੋ ਮੇਕਿੰਗ ਸ਼ੋਰ ਕਿ ਸਾਡੇ ਪੈਰ ਜਿਹੜੇ ਅੰਦਰ ਆ, ਜਦੋਂ ਅਸੀਂ ਇਹਨੂੰ ਪੈਰ ਨੂੰ ਥੋੜ੍ਹਾ ਬਾਡੀ ਦੇ ਕਲੋਜ਼ ਰੱਖਾਂਗੇ, ਆਟੋਮੈਟਿਕਲੀ ਗਲੂਟਸ ਐਕਟੀਵੇਟ ਹੋ ਜਾਣਗੇ, ਅਤੇ ਨਾਲ ਦੀ ਨਾਲ ਅਸੀਂ ਲੋਅਰ ਬੈਕ ਨੂੰ ਹਮੇਸ਼ਾ ਟਾਈਟ ਕਰਕੇ ਰੱਖਣਾ, ਲੂਜ਼ ਨਹੀਂ ਛੱਡਣਾ, ਤਾਂ ਕਿ ਵੋਬਲੀ ਨਾ ਹੋਵੇ ਇਹ ਮੂਵਮੈਂਟ ਜਿਹੜੀ ਹੈ. ਹਾਂਜੀ, ਚਲੋ ਭਾਈ ਕਰੋ ਟਰਾਈ. ਇਹ ਆ ਜੀ ਸਾਡਾ ਮੁੰਡਾ, ਪਹਿਲੀ ਵਾਰ ਜਿਮ ਲਾਉਣ ਲੱਗਾ ਹੈ ਜੀ, ਕਹਿੰਦਾ ਮੈਂ ਵੀ ਲਾ ਕੇ ਵੇਖਣੀ ਆ. ਇਹ ਬ੍ਰਿਸਬਨ ਦਾ ਯੋਧਾ ਆ. ਹਾਂਜੀ, ਚਲੋ ਜੀ ਬਾਹਰ ਅੱਗੇ ਲਿਆਓ ਭਾਈ, ਇੱਥੇ ਪਹਿਲਾਂ ਕੰਟਰੋਲ ਕਰੋ. ਹਾਂਜੀ, ਚਲੋ ਸ਼ਾਬਾਸ਼, ਇੱਕ ਮਿੰਟ ਰੱਖਿਓ, ਮੈਂ ਦੁਬਾਰਾ ਸੈੱਟ ਕਰਦਾ. ਹਾਂ ਆਹ ਭਾਈ, ਹੁਣ ਜਦੋਂ ਆਪਾਂ ਬੈਂਚ ਪ੍ਰੈਸ ਕਰ ਰਹੇ ਨਾ, ਸੈਕਿੰਡ ਇੰਪੋਰਟੈਂਟ ਥਿੰਗ ਜਿਹੜੀ ਅਸੀਂ ਕੰਸੀਡਰ ਕਰਨੀ, ਹਮੇਸ਼ਾ ਆਈਜ਼ ਜਿਹੜੀਆਂ ਨੇ ਨਾ ਉਹ ਬਾਰ ਦੇ ਪੈਰਲਰ ਹੋਣ, ਬਿਲਕੁਲ ਥੱਲੇ. ਹਾਂ, ਪਤਾ ਲੱਗ ਗਿਆ ਜੀ ਪਹਿਲੀ ਚੀਜ਼. ਹੁਣ ਜਦੋਂ ਬਾਰ ਤੁਸੀਂ ਲਿਫਟ ਕਰਨੀ ਆ,
ਉਹਨੂੰ ਇਦਾਂ ਨਹੀਂ ਵੀ ਲਿਫਟ ਕੀਤੀ ਤੇ ਸਿੱਧਾ ਹੀ ਰੈਪ ਸ਼ੁਰੂ ਕਰ ਦੇਣਾ। ਨੋ, ਫਸਟ ਉਹਨੂੰ ਚੈਸਟ ਦੇ ਪੈਰਲ ਲਿਆਓ, ਉਹਨੂੰ ਕੰਟਰੋਲ 'ਚ ਕਰੋ। ਵੰਸ ਇਟਸ ਅੰਡਰ ਕੰਟਰੋਲ ਦੈਨ ਯੂ ਸਟਾਰਟ ਗੋਇੰਗ ਡਾਊਨ। ਦਿਸ ਇਜ਼ ਵੈਰੀ ਇੰਪੋਰਟੈਂਟ। ਹਾਂਜੀ, ਇੱਦਾਂ ਹੀ ਕਰਾਂਗੇ ਭਾਅ ਜੀ। ਗ੍ਰਿਪ ਆਪਣਾ ਵਾਈਡ ਕਰੋ। ਹਾਂਜੀ ਭਾਅ ਜੀ, ਹੈਲਪ ਕਰੋ ਲਿਫਟ 'ਚ। ਹਾਂ, ਕੰਟਰੋਲ ਤਾਂ ਪਹਿਲਾਂ ਤਾਂ ਕੰਟਰੋਲ ਕਰੋ। ਹਾਂ, ਕੰਟਰੋਲ ਕਰੋ। ਨਾਓ ਯੂ ਗੋ ਡਾਊਨ ਸਲੋਲੀ। ਜਾਓ ਥੱਲੇ, ਜਾਓ ਜਾਓ ਥੱਲੇ, ਜਾਓ ਥੱਲੇ ਜਾਓ, ਹੱਥ ਰੱਖਣਾ ਆਪਣੇ। ਹਾਂ, ਜਾਓ ਥੱਲੇ ਜਾਓ। ਹਾਂ, ਮੂੰਹ ਖੋਲ੍ਹ ਕੇ ਰੱਖੋ। ਵੈਰੀ ਗੁੱਡ, ਜਾਓ ਜਾਓ, ਬਹੁਤ ਜਾਣਾ, ਜਾਓ ਥੱਲੇ। ਯਾ, ਵੈਰੀ ਗੁੱਡ, ਸ਼ਾਬਾਸ਼, ਗੁੱਡ, ਯਾ ਸ਼ਾਬਾਸ਼। ਕੁਛ ਵੀ, ਕੋਈ ਔਖਾ ਨਹੀਂ। ਸਾਹ ਲਈ ਜਾਓ, ਸਾਹ ਲਈ ਜਾਓ। ਨੈਕਸਟ ਸਿੱਧੀ, ਯਾ ਲਾਓ, ਦੋ ਰੈਪ ਹੋਰ ਲਾਓ। ਟੱਚ ਕਰੋ, ਚੈਸਟ ਨਾਲ ਟੱਚ ਕਰੋ। ਯਾ, ਦੈਟਸ ਇਟ, ਵਨ ਵਨ ਮੋਰ, ਦੈਟਸ ਇਟ। ਹਾਂ, ਲਾਓ 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 ਲਾਓ, ਇੱਕ ਹੋਰ ਲਾਓ, ਦੈਟਸ ਓਕੇ, ਡਰੋਪ। ਫੁੱਟਵਰਕ ਹੋਣਾ ਚਾਹੀਦਾ ਜੀ, ਕੋਈ ਵੀ ਐਕਸਰਸਾਈਜ਼ ਹੋਵੇ ਨਾ। ਐਂਡ ਦੈਨ ਸੈਕਿੰਡਲੀ, ਹੁਣ ਜੇ ਤੁਸੀਂ ਗਲੂਟਸ ਨੂੰ ਟੱਚ ਕਰੋਗੇ, ਟੱਚ ਕਰਿਓ ਗਲੂਟਸ। ਹਾਂਜੀ, ਪੁਸ਼ ਕਰਿਓ ਉਂਗਲ ਅੰਦਰ, ਟਾਈਟ ਆ ਨਾ। ਦਿਸ ਇਜ਼ ਸੈਕਿੰਡ ਵੈਰੀ ਇੰਪੋਰਟੈਂਟ ਥਿੰਗ। ਤੀਜੀ, ਆਹ ਤੁਹਾਡੇ ਕੋਰ ਆ ਨਾ, ਮਿਡ ਸੈਕਸ਼ਨ, ਇਹ ਵੋਬਲੀ ਨਹੀਂ ਹੋਣੀ ਚਾਹੀਦੀ। ਸੋ ਇਹਨੂੰ ਅਸੀਂ ਕੰਟਰੋਲ 'ਚ ਰੱਖਣਾ। ਐਂਡ ਦੈਨ ਬਾਕੀ ਸਾਰੀਆਂ ਚੀਜ਼ਾਂ ਫਿਰ ਬਾਅਦ 'ਚ ਆਉਣਗੀਆਂ। ਸਾਡੇ ਭਾਅ ਜੀ ਸਰਵ ਕਿੱਲ ਐਕਸੇਲ ਆ ਰਹੇ ਨੇ, ਅਤੇ ਪਿੱਛੇ ਨੇ ਦੇ ਯੋਧੇ ਸੈਂਡੀ ਜੀ। ਕਰਾਂਗੇ, ਸੋ ਲੋ ਰੂ ਨੂੰ ਅਸੀਂ ਫੋਕਸ ਕਰਾਂਗੇ ਅਪਰ ਬੈਕ ਦੇ ਉੱਤੇ। ਹੁਣ ਅਪਰ ਬੈਕ ਦੇ ਵਿੱਚ ਤਿੰਨ ਮਸਲ ਹੁੰਦੇ ਆ, ਪੋਸਟੀਰੀਅਰ ਡੈਲਟੋਇਡ, ਰੈਂਬੋਇਡ ਐਂਡ ਫੋਲੋਡ ਬਾਈ ਲੈਟਿਸਮਸ ਡੋਰਸੀ। ਸੋ ਅਸੀਂ ਤਿੰਨੇ ਮਸਲ ਅਸੀਂ ਫੋਕਸ ਕਰਨੇ ਆ, ਪਰ ਉਹਦੇ 'ਚ ਅਸੀਂ ਪੁਜੀਸ਼ਨਿੰਗ ਜਿਹੜੀ ਆ ਨੋਰਮਲ ਲੋ ਰੋ ਵਾਲੀ ਨਹੀਂ ਰੱਖਣੀ। ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਾਡੀ ਬੈਕ ਆ ਉਹਨੂੰ ਅਸੀਂ 90 ਡਿਗਰੀ ਰੱਖਣਾ ਹਮੇਸ਼ਾ, ਅਤੇ ਅਪਰ ਬੋਡੀ ਨੂੰ ਥੋੜ੍ਹਾ ਜਿਹਾ ਲੀਨ ਫੋਰਵਰਡ ਕਰਾਂਗੇ, ਅਤੇ ਨਾਈਸ ਐਂਡ ਤੁਸੀਂ ਪੈਰਾਂ ਦਾ ਪ੍ਰੋਪਰ ਗ੍ਰਿਪ ਰੱਖਣਾ। ਸੋ ਵੰਸ ਯੂ ਇਨ ਏ ਗੁੱਡ ਪੁਜੀਸ਼ਨ, ਕੀਪਿੰਗ ਯੂਅਰ ਲੋਅਰ ਬੈਕ ਟਾਈਟ, ਚਿਨ ਆਲਵੇਜ਼ ਆਊਟ, ਯੂ ਸਟ੍ਰੈਚ ਯੂਰ ਬੈਕ ਐਂਡ ਦੈਨ ਸਕੂਈਜ਼। ਸੋ ਇਫ ਯੂ ਸੀ ਫਰੋਮ ਦਾ ਸਾਈਡ, ਯੂ ਸੀ ਦੈਟ ਮਾਈ ਬੋਡੀ ਇਜ਼ ਨੋਟ ਬਿਯੋਂਡ 90 ਡਿਗਰੀ ਐਂਗਲ। ਸੋ ਆਲਵੇਜ਼ ਕੀਪਿੰਗ ਯੂਰ ਬੋਡੀ ਲਾਈਕ ਦਿਸ, ਓਪਨ ਅਪ ਯੂਰ ਫੁੱਲ ਬੈਕ ਮਸਲਸ ਐਂਡ ਦੈਨ ਕਮ ਇਨ ਐਂਡ ਸਕੂਈਜ਼, ਹੈਵ ਏ ਸਲਾਈਟ ਹੋਲਡ ਸੋ ਦੈਟ ਯੂ ਪੁਸ਼ ਮੋਰ ਬਲੱਡ ਇਨ ਟੂ ਯੂਰ ਮਸਲ ਫਾਈਬਰਸ, ਐਂਡ ਦੈਟਸ ਵਾਟ ਯੂ ਹੈਵ ਟੂ ਡੂ। Remember, this is not all about lifting heavy weights. This is not all about doing lots of repetition. This is all about how you lift weight and how you focus with your muscle coordination. So this is very important. ਸਤਿ ਸ਼੍ਰੀ ਅਕਾਲ ਜੀ। ਇਹ ਮੁੰਡਾ ਕਹਿੰਦਾ ਮੇਰੇ ਬਲੌਗ ਦੇ ਆਉਣ ਦੇ ਨਾਲ ਹੀ ਮੂੰਹ ਲੁਕੋ ਲਿਆ, ਕਹਿੰਦਾ ਮੇਰੇ ਆਉਣ ਦੇ ਨਾਲ ਹੀ ਬਲੌਗ ਚੱਲਣਾ। ਭਾਈ ਇਹਨੂੰ ਦੇਖ ਲਓ, ਇਹਦੇ ਨਾਲ ਚਲਾ ਦਿਓ ਬਲੌਗ ਨੂੰ, ਜਿਹੜੇ 10,000 million ਵਿਊਜ਼ ਹੋਣੇ ਆ, ਹੈ ਨਾ, ਉਹ ਇਹਦੇ ਆਉਣ ਦੇ ਨਾਲ ਹੀ ਹੋਣੇ ਆ। ਸੋ ਭਲਾ ਇਹ ਕਹਿੰਦਾ ਮੇਰੀ ਆ ਗਲਤੀਆਂ ਨਿਕਲੂਗੀਆਂ ਅਤੇ ਬਲੌਗ ਹਿੱਟ ਹੋਊਗਾ। ਭਾਅ ਜੀ ਐਕਸਪਲੇਨ ਭਾਅ ਜੀ, ਲੋਅਰ ਉਹ ਐਕਸਰਸਾਈਜ਼ ਭਾਅ ਜੀ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਅਪਰ ਬੈਕ ਫੋਕਸ ਕਰ ਰਹੇ ਹਾਂ। ਸੋ ਮੇਕਿੰਗ ਸ਼ੋਰ ਕਿ ਜਿਹੜੀ ਬਾਡੀ ਆ ਉਹ 90 ਡਿਗਰੀ ਤੋਂ ਬਿਯੋਂਡ ਨਾ ਜਾਵੇ। ਹਾਂਜੀ, ਅਤੇ ਗਲੂਟਸ ਨੂੰ ਅਸੀਂ ਹਲਕਾ ਜਿਹਾ ਪਿੱਛੇ ਪੁਸ਼ ਕਰਾਂਗੇ। ਡਰੋਪ ਯੂਅਰ ਸ਼ੋਲਡਰਸ ਫੋਰਵਰਡ, ਹਾਂਜੀ, ਕੀਪ ਯੂਅਰ ਲੁੱਕ ਸਟ੍ਰੇਟ ਭਾਅ ਜੀ ਉੱਪਰ। ਹਾਂ, ਓਪਨ ਅਪ ਯੂਅਰ ਮਸਲਸ ਫਰੋਮ ਬੈਕ ਐਂਡ ਦੈਨ ਕਮ ਬੈਕ ਐਂਡ ਸਕੂਈਜ਼, ਯਾ ਦਿਸ ਇਜ਼ ਪਰਫੈਕਟ ਭਾਅ ਜੀ। ਓਪਨ ਅਪ ਮੋਰ, ਯਾ ਕਮ ਬੈਕ, ਸਕੂਈਜ਼, ਦੈਟਸ ਇਟ।
ਹੁਣ ਤੁਸੀਂ ਦੇਖਣਾ ਕਿ ਲੋਅਰ ਬੈਕ ਦੀ ਕੋਈ ਇਨਵੋਲਵਮੈਂਟ ਨਹੀਂ ਹੈਗੀ, ਸੋ ਕੋਈ ਇਹਦੇ 'ਤੇ ਜਰਕ ਨਹੀਂ ਹੈਗਾ, ਸਾਰਾ ਜਿਹੜਾ ਸਟ੍ਰੈਸ ਆ ਅਪਰ ਬੈਕ ਦੇ ਉੱਤੇ ਆ, ਵਿੱਚ ਇਜ਼ ਫੁੱਲ ਮੇਨ ਮਸਲ ਜਿਹੜੇ ਸਾਡੇ ਡੈਲਟੋਇਡ ਪੋਸਟੀਰੀਅਰ ਡੈਲਟੋਇਡ ਰੈਂਬੋਇਡ ਮਸਲ ਐਂਡ ਲੈਟਿਸਮਸ ਡੋਰਸੀ ਲਿਟਲ ਬਿਟ, ਸੋ ਅਪਰ ਬੈਕ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ। ਹਾਂਜੀ, ਬਰੀਥ ਕਰਨਾ ਭਾਜੀ ਨਾਲ ਨਾਲ ਅਤੇ ਸਕੂਈਜ਼ ਕਰਨਾ, ਹੈਵ ਅ ਲਿਟਲ ਪੌਜ਼ ਹੀਅਰ ਐਂਡ ਨਾਓ ਯੂ ਸਟ੍ਰੈਚ ਓਪਨ ਅਪ। ਹਾਂਜੀ ਹਾਂਜੀ, ਯਾ ਰਿਲੀਜ਼, ਯਾ ਗੁੱਡ। ਸੋ ਦਿਸ ਇਜ਼ ਦਿਸ ਟ੍ਰੇਨਿੰਗ ਇਜ਼ ਅ ਮੈਡੀਟੇਸ਼ਨ। ਜਿੱਦਾਂ ਇਹਨਾਂ ਨੇ ਕਿਹਾ ਛੱਡਣਾ, ਇਹਨਾਂ ਦੇ ਮਾਲਵੇ ਵਾਲੇ ਆ, ਇਹ ਨਾਣਾ ਤਾਂ ਵਰਤਦੇ, ਨੰਨਾ ਵਰਤਦੇ ਆ, ਛੱਡਣਾ ਹੁੰਦਾ, ਛੱਡਣਾ ਨਹੀਂ ਹੁੰਦਾ ਹੈਗਾ, ਇਹ ਗਲਤੀ ਮੈਂ ਪੰਜਾਬੀ ਦੀ ਕਰਤੀ ਆ। ਹੁਣ ਚੱਲੋ ਭਾਜੀ, ਮੈਂ ਡਿਫਰੈਂਟ ਹੀ ਕਰਾਉਣੀ ਆ ਤਾਂ ਕਿ ਮਤਲਬ ਤੁਹਾਨੂੰ ਲੱਗੇ ਵੀ ਹਾਂ ਨਾ ਵੇਰੀਏਸ਼ਨ ਹੋਵੇ। ਹਾਂ, ਰੂਟ ਪਿੱਛੇ ਕੁਛ ਕਰੋ। ਹਾਂ ਚਲੋ, ਹੁਣ ਚਲੋ, ਸ਼ਾਬਾਸ਼, ਵੈਰੀ ਗੁੱਡ, ਸਲੋ 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 ਸਲੋ। ਹਾਂ, ਓਪਨ ਅਪ ਕਰੋ, ਹੋਰ ਇੱਥੇ ਤੱਕ ਜਾਓ, ਅੱਗੇ ਤੱਕ। ਹਾਂ ਹੁਣ ਜਾਓ, ਸਕੂਈਜ਼ ਲੈ ਕੇ ਆਓ ਪਿੱਛੇ, ਯਾ ਬਿਊਟੀਫੁਲ, ਸ਼ਾਬਾਸ਼, ਵੈਰੀ ਨਾਈਸ, ਗੁੱਡ, ਲੁੱਕ ਸਵੇਲ, ਚਿਨ ਆਲਵੇਜ਼ ਆਊਟ ਭਾਜੀ, ਸ਼ਾਬਾਸ਼, ਗੁੱਡ, ਟਰਾਈ ਟੂ ਗੋ ਮੋਰ ਸਲੋ ਭਾਜੀ, ਐਂਡ ਦੈਨ ਕਮ ਬੈਕ ਐਂਡ ਸਕੂਈਜ਼, ਕਮ ਬੈਕ ਐਂਡ ਸਕੂਈਜ਼, ਵੈਰੀ ਗੁੱਡ ਫਿਜ਼ਿਕ, ਵੈਰੀ ਨਾਈਸ, ਗੁੱਡ, ਲਓ ਪੰਜ ਰੈਪ। ਹਾਂ, ਹੈਵ ਏ ਲਿਟਲ ਪੌਜ਼, ਪੌਜ਼ ਕਰੋ, ਯਾ ਨਾਓ ਯੂ ਗੋ ਫੋਰਵਰਡ, ਓਪਨ ਅਪ ਮੋਰ, ਕਮ ਬੈਕ, ਸਕੂਈਜ਼, ਬਰੀਥ ਆਊਟ ਐਂਡ ਦੈਨ ਅਗੇਨ, ਯਾ ਗੁੱਡ। ਹਾਂ ਕਰੋ ਫੋਕਸ ਇੱਥੇ, ਹਾਂ ਗੁੱਡ, ਯਾ ਲਓ ਤਿੰਨ ਰੈਪ, ਗੁੱਡ, ਨਾਈਸ ਐਂਡ ਸਲੋ, ਹੈਵ ਏ ਪੌਜ਼ ਐਂਡ ਦੈਨ ਗੋ, ਟੂ ਮੋਰ, ਗੁੱਡ, ਪੌਜ਼, ਫੋਰਵਰਡ, ਵਨ ਮੋਰ, ਸਕੂਈਜ਼ ਐਂਡ ਡ੍ਰੌਪ, ਵੈਰੀ ਗੁੱਡ। ਸਾਡੇ ਮੈਲਬਨ ਦੇ ਜੋਧੇ ਸੈਂਡੀ, ਆਪਾਂ ਸਾਰੇ ਇੱਦਾਂ ਹੀ ਲਾਉਣੇ ਨਾ ਲੈਟਸ। ਹਾਂਜੀ ਹਾਂਜੀ, ਦੋ ਤਿੰਨ ਵੇਰੀਏਸ਼ਨ ਆ ਇੱਥੋਂ ਲੈ ਕੇ ਇੱਦਾਂ ਆ ਗਏ, ਜਾਂ ਜ਼ਿਆਦਾ ਓਪਨ ਕਰ ਲਿਆ ਅਤੇ ਪਿੱਛੇ ਇੱਦਾਂ ਸਕੂਈਜ਼ ਕਰ ਲਿਆ, ਹੈ ਨਾ। ਪਰ ਹੁਣ ਨਵੀਂ ਜਿਹੜੀ ਚੀਜ਼ ਮੈਂ ਸਿੱਖੀ ਆ ਨਾ ਜੀ, ਉਹ ਕਹਿੰਦੇ ਕਿ ਤੁਸੀਂ ਆਪਣੀ ਬੋਡੀ ਨੂੰ 90 ਡਿਗਰੀ ਰੱਖਣਾ, ਠੀਕ ਹੈ ਜੀ। ਹੁਣ ਜਿਹੜੀ ਇਹ ਰੋਪ ਆ ਨਾ, ਹੈਂਡਲ ਆ, ਇਹ ਸਟ੍ਰੇਟ 90 ਡਿਗਰੀ ਆਊਗਾ। ਅੱਛਾ ਅੱਛਾ, ਹਾਂਜੀ, ਸੋ ਆਪਾਂ ਉਹ ਟਰਾਈ ਕਰਨੀ ਅੱਜ, ਹੈ ਨਾ। ਸੋ ਅਗੇਨ ਭਾਅ ਜੀ, ਕੁਰਾਨ ਭਾਅ ਜੀ, ਫੁੱਟ ਪੋਜੀਸ਼ਨਿੰਗ ਵੈਰੀ ਇੰਪੋਰਟੈਂਟ, ਠੀਕ ਹੈ ਜੀ। ਸੋ ਨਾਈਸ ਐਂਡ ਟਾਈਟ ਰੱਖਣੀ ਆ ਆਪਾਂ, ਗਲੂਟਸ ਅੰਦਰ ਪੁਸ਼ ਕਰ ਦੇਣੇ ਆ, ਅਤੇ ਹੁਣ ਮੇਰੀ ਬੋਡੀ ਸਿੱਧੀ ਹੋ ਗਈ ਨਾ 90 ਡਿਗਰੀ ਇਹ ਮਸ਼ੀਨ ਦੇ ਪੈਰਲਲ, ਅਤੇ ਜਿਹੜੀ ਹੁਣ ਇਹ ਰੋਪ ਆਊਗੀ ਨਾ, ਇਹ ਵੀ ਅਸੀਂ 90 ਡਿਗਰੀ ਇੱਦਾਂ ਲੈ ਕੇ ਆਉਂਦੇ। ਲੈਟਸ 'ਤੇ ਟੱਚ ਕਰੋ ਪਿੱਛੇ, ਹਾਂਜੀ, ਇਹ ਲੈਟਸ 'ਤੇ, ਆਊਟਰ ਲੈਟਸ 'ਤੇ, ਓ ਬਸ ਭਾਅ ਜੀ, ਆਪਾਂ ਆਹ ਚੀਜ਼ 'ਤੇ ਟਾਰਗੇਟ ਕਰਨਾ, ਠੀਕ ਹੈ, ਠੀਕ ਹੈ। ਸੋ ਐਵਰੀ ਟਾਈਮ ਵੀ ਗੋ ਅਪ, ਆਪਾਂ ਸਟ੍ਰੈਚ ਕਰਾਂਗੇ ਪੂਰਾ, ਐਂਡ ਦੈਨ 90 ਡਿਗਰੀ ਐਂਗਲ, ਬਹੁਤਾ ਡੀਪ ਜਾਣ ਦੀ ਲੋੜ ਨਹੀਂ, ਓਕੇ, ਹਾਂਜੀ, ਓਪਨ ਕਰਤੇ ਮਸਲ ਐਂਡ ਦੈਨ ਸਕੂਈਜ਼, ਬਰੀਦ ਆਊਟ, ਯੂ ਗੋ ਅਪ ਐਂਡ ਸਕੂਈਜ਼, ਸੋ ਐਵਰੀ ਟਾਈਮ ਯੂ ਸਕੂਈਜ਼, ਬਰੀਦ ਆਊਟ, ਗੋ ਅਪ, ਓਪਨ ਅਪ ਐਂਡ ਦੈਨ ਸਕੂਈਜ਼। ਹੁਣ ਹੁੰਦਾ ਕੀ ਆ, ਨੋਰਮਲੀ ਅਸੀਂ ਹੈਵੀ ਲਿਫਟਿੰਗ ਦੇ ਚੱਕਰ ਦੇ ਵਿੱਚ ਬੈਕ ਸਪੋਰਟ ਲੈਂਦੇ ਹਾਂ, ਹਾਂਜੀ, ਵੀ ਡੂ ਦਿਸ, ਹਾਂਜੀ, ਹੁਣ ਪਿੱਛੇ ਦਾ ਮੂਵਮੈਂਟ ਹੋ ਨਹੀਂ ਨਾ ਰਹੀ ਮਸਲਸ ਦੀ, ਹਾਂਜੀ, ਲੋਅਰ ਬੈਕ ਇਨਵੋਲਵ ਹੋ ਰਹੀ ਹੈ, ਵੀ ਨੋਟ ਟ੍ਰੇਨਿੰਗ ਲੋਅਰ ਬੈਕ ਹੀਅਰ, ਲੋਅਰ ਬੈਕ ਦੀਆਂ ਐਕਸਰਸਾਈਜ਼ਾਂ ਹੋਰ ਨੇ, ਹਾਂਜੀ। ਸੋ ਇਹ ਚੀਜ਼ਾਂ ਭਾਅ ਜੀ ਆਪਾਂ ਧਿਆਨ 'ਚ ਰੱਖਣੀਆਂ ਜੀ ਸਾਰਿਆਂ ਨੇ, ਆਪਾਂ ਜਿਮ ਦੇ ਵਿੱਚ ਆਉਣਾ, ਆਪਾਂ ਸਮਾਰਟ ਟ੍ਰੇਨਿੰਗ ਕਰਨੀ ਆ, ਕਿਉਂਕਿ ਆਪਾਂ ਸਾਰੇ ਫੈਮਿਲੀ ਵਾਲੇ ਬੰਦੇ, ਕੰਮਾਂ ਕਾਰਾਂ ਵਾਲੇ ਬੰਦੇ ਹਾਂ, 5% ਹੀ ਪ੍ਰੋਫੈਸ਼ਨਲ ਬੰਦੇ ਆ, ਪਰ ਉਹਨਾਂ ਨੂੰ ਵੀ ਇਹੀ ਸਲਾਹ ਹੁੰਦੀ ਆ ਵੀ ਆਪਾਂ ਇੰਜਰਡ ਨਾ ਹੋਈਏ, ਹੈਵੀ ਲਿਫਟਿੰਗ ਦੇ ਚੱਕਰ ਦੇ ਵਿੱਚ, ਜਾਂ ਜਦੋਂ ਅਸੀਂ ਮੈਚੋਰ ਐਥਲੀਟ ਨਹੀਂ ਹੈਗੇ
ਤੇ ਈਗੋ ਲਿਫਟਿੰਗ ਦੇ ਚੱਕਰ ਦੇ ਵਿੱਚ ਅਸੀਂ ਇੰਜਰਡ ਨਾ ਹੋਈਏ। ਜਦੋਂ ਅਸੀਂ ਇੰਜਰਡ ਹੋ ਜਾਂਦੇ ਹਾਂ ਫਿਰ ਟ੍ਰੇਨਿੰਗ ਵੀ ਪਿੱਛੇ ਹੋ ਜਾਂਦੀ ਆ ਅਤੇ ਲਾਈਫ ਵੀ ਬਹੁਤ ਜ਼ਿਆਦਾ ਅਫੈਕਟ ਹੁੰਦੀ ਆ। ਸੋ ਆਪਾਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਧਿਆਨ ਦੇ ਵਿੱਚ ਰੱਖਣਾ। ਹਾਂਜੀ ਹੁਣ ਤੁਸੀਂ ਇਹ ਦੇਖੋ ਜਦੋਂ ਇਹ ਕੀਤਾ ਸੈਂਟੀਫਿਕ ਓਪਨ ਹੋ ਗਿਆ ਪਿੱਛੇ ਸਰ, ਹੈ ਨਾ? ਸੋ ਇਹ ਧਿਆਨ ਰੱਖਣਾ। ਹਾਂਜੀ ਜਾਓ ਥੱਲੇ ਬਾਈ, ਨੋਟਸ ਪਿੱਛੇ ਪੁੱਛ ਆਹੋ ਇਹ ਚੀਜ਼ ਬੋਡੀ ਫੋਰਵਰਡ ਪੁੱਛ ਕਰਨਾ। ਹਾਂ ਜਾਓ ਥੱਲੇ, ਸ਼ਾਬਾਸ਼ ਯਾਰ। ਸ਼ੋਲਡਰਾਂ ਤੋਂ ਸਟ੍ਰੈਸ ਹਟਾ ਕੇ ਸਾਰਾ ਮਸਲਸ ਉੱਤੇ ਫੋਕਸ ਰੱਖਣਾ। ਯਾ ਓਪਨ ਅਪ, ਮੋਰ ਓਪਨ ਅਪ। ਹਾਂ ਹਾਂ ਵੈਰੀ ਗੁੱਡ। ਇਸ ਐਂਗਲ 'ਚ ਲਿਆਓ, ਇਸ ਐਂਗਲ 'ਚ ਲਿਆਓ। ਹਾਂ ਲਿਆਓ ਇੱਥੇ, ਯਾ ਦੈਟਸ ਇਟ। ਹਾਂ ਸਲੋ 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 ਸਲੋ, ਮੋਰ ਯੂ ਗੋ ਸਲੋ ਮੋਰ ਯੂ ਫੀਲ ਪੰਪ ਭਾਜੀ। ਯਾ ਗੁੱਡ ਗੁੱਡ, ਬਰੀਥ ਕਰੋ, ਬਰੀਥ, ਯਾ ਸਕੂਈਜ਼, ਬਰੀਥ ਆਊਟ, ਯਾ ਗੁੱਡ। ਲਓ ਪੰਜ ਰੈਪ ਹੋਰ, ਸਕੂਈਜ਼ ਹਾਰਡਰ ਹਾਰਡਰ, ਇੱਥੋਂ ਹਾਰਡ, ਕੀਪ ਇਟ ਹਾਰਡ, ਵਨ ਗੋ ਟੂ, ਸ਼ਾਬਾਸ਼, ਗੋ ਥ੍ਰੀ, ਸ਼ਾਬਾਸ਼, ਐਂਡ ਫੋਰ, ਲਾਸਟ ਆਪਾਂ ਹੋਲਡ ਕਰਾਂਗੇ 5 ਸੈਕਿੰਡ। ਹਾਂ ਹੋਲਡ, ਕੀਪ ਇਟ ਟਾਈਟ, ਡੀਪ ਲੈ ਕੇ ਜਾਓ ਹੁਣ, ਡੀਪ ਹੋਲਡ ਇਟ ਹੀਅਰ 5 ਸੈਕਿੰਡ, ਫੋਰ ਥ੍ਰੀ ਟੂ ਐਂਡ ਡ੍ਰੌਪ। ਭਾਜੀ ਅਸੀਂ ਤਾਂ 40-40 ਕਿਲੋ 20-20 ਕਿਲੋ ਚੱਕ ਕੇ ਅਸੀਂ ਤਾਂ ਲੰਪੀਆਂ ਖੇਡਾਂ ਏ, ਸਿੱਧੀ ਗੱਲ ਆ ਭਾਜੀ। ਹਾਂ ਸੈਂਡ ਵੀਰੇ ਬਹੁਤ ਵਧੀਆ, ਸ਼ਾਬਾਸ਼ ਗੁੱਡ। ਰੱਖੀ ਭਾਈ ਇਸ ਬਿਊਟੀ ਹੋਣੀ ਚਾਹੀਦੀ ਆ, ਕੰਟੀਨਿਊ ਆ ਪਿੱਛੇ ਨਾਲ ਕੰਟੀਨਿਊ, ਬ੍ਰੇਕ ਨਹੀਂ ਲੈਣੀ। ਹਾਂ ਚਾਓ ਨਾਲ ਦੇ ਨਾਲ, ਯਾ ਗੁੱਡ, ਸ਼ਾਬਾਸ਼ ਗੁੱਡ, ਲਿਫਟ ਫਰੋਮ ਹੀਅਰ, ਗੁੱਡ ਐਂਡ ਆਊਟ, ਡ੍ਰੌਪ, ਗੁੱਡ। ਪੂਰੀ ਮੂਵਮੈਂਟ ਕੰਪਲੀਟ ਕਰਨੀ, ਪਹਿਲਾਂ ਉੱਪਰ ਸਾਈਡ, ਨਾਓ ਯੂ ਗੋ ਫੋਰਵਰਡ ਐਂਡ ਦੈਨ ਬ੍ਰਿੰਗ ਇਟ ਬੈਕ, ਡ੍ਰੌਪ, ਬਹੁਤ ਵਧੀਆ, ਗੁੱਡ, ਯਾ ਬ੍ਰੀਥ, ਗੁੱਡ। ਲਓ 5-6 ਰੈਪ ਹੋਰ ਲਓ, ਸ਼ਾਬਾਸ਼, ਯਾ ਗੁੱਡ ਗੁੱਡ, ਜਾਓ ਛੂ, ਗੋ ਥ੍ਰੀ, ਸ਼ਾਬਾਸ਼, ਗੋ ਗੋ ਗੋ, ਯਾ ਗੁੱਡ, ਗੁੱਡ, ਥ੍ਰੀ ਮੋ, ਗੁੱਡ, ਯਾ ਬ੍ਰੀਥ, ਬਿਊਟੀਫੁਲ, ਓਕੇ ਟੂ ਮੋ, ਗੁੱਡ, ਸਕੂਈਜ਼, ਯਾ ਗੁੱਡ, ਗੋ ਅਪ, ਓਕੇ। ਇਹਨੂੰ ਹੋਰ ਇੰਟੈਂਸ ਬਣਾਉਣ ਵਾਸਤੇ ਹੁਣ ਤੁਹਾਡੇ ਵਾਸਤੇ ਫਿਨਿਸ਼ਿੰਗ ਕੀ ਆ, 20 ਰੈਪ ਅਸੀਂ ਸਾਈਡ ਲਾਵਾਂਗੇ ਬਟ ਪਾਰਸ਼ਲ ਲਾਵਾਂਗੇ, ਜਸਟ ਹਾਫ, ਲੈਟਸ ਗੋ, 1 ਕਮ ਆਨ, 2 ਯਾ, 3 4 5 ਕੀਪ ਯੋਰ ਬੋਡੀ ਫੋਰਵਰਡ, 6 7 8 9 10 11 ਸਕੂਈਜ਼ ਇਟ ਹਾਰਡਰ, 1 2 3 4 ਕੀਪ ਯੋਰ ਐਲਬੋ ਫੋਰਵਰਡ, 5 6 7 8 9 ਲਾਸਟ 1 ਐਂਡ 10 ਹੁਣ ਮੈਂ ਇਹਨੂੰ ਕਿਉਂ ਲਿਆ ਕਿ ਸਾਡੀ ਬੋਡੀ ਦੀ ਸਾਡੇ ਹੋਰ ਸਪੋਰਟ ਨਾ ਹੋਵੇ ਕਿਸੇ ਪਾਸੇ। ਹਾਂਜੀ ਇਸ ਹੁਣ ਸ਼ੋਲਡਰ ਦੀ ਐਕਸਰਸਾਈਜ਼ ਦੇ ਵਿੱਚ ਅਸੀਂ ਸਟਿਲ ਤਿੰਨੇ ਹੀ ਹੈੱਡ ਟ੍ਰੇਨ ਕਰਨੇ ਆ, ਫਰੰਟ ਸ਼ੋਲਡਰ, ਮਿਡਲ ਅਤੇ ਬੈਕ। ਪਰ ਕਰਨੇ ਕਿੱਦਾਂ ਆ, ਪਹਿਲਾਂ ਅਸੀਂ ਰੈਪ ਲਾਵਾਂਗੇ, 1 ਯੂ ਗੋ ਡਾਊਨ ਐਂਡ ਦੈਨ ਫਰੋਮ ਹੀਅਰ ਯੂ ਗੋ ਬੈਕ, ਐਂਡ ਦੈਨ ਤੀਜਾ ਰੈਪ ਜਿਹੜਾ ਲੱਗੂਗਾ ਉਹ ਰੀਅਰ ਡੈਡ ਦਾ ਇੱਥੇ ਲੱਗੂਗਾ। ਸੋ ਗੋ 1 ਗੋ ਸਾਈਡ
ਐਂਡ ਦੈਨ ਤੀਜਾ ਰੈਪ ਇੱਥੋਂ ਅਸੀਂ ਰੀਅਰ ਦਾ ਲਾ ਲਾ। ਸੋ ਯੂ ਗੋ ਅਪ, ਕੋਈ ਕਾਹਲੀ ਮਚਾਉਣ ਦੀ ਲੋੜ ਨਹੀਂ, ਨਾਈਸ ਐਂਡ ਸਕੂਈਜ਼ ਰੱਖਣਾ, ਗੋ ਪੂਰਾ ਐਂਡ ਦੈਨ ਯੂ ਗੋ ਬੈਕ ਐਂਡ ਥ੍ਰੀ। ਹੁਣ ਇਹਦਾ ਬੈਨੀਫਿਟ ਕੀ, ਕਈ ਵਾਰੀ ਅਸੀਂ ਹੈਵੀ ਰੇਜ਼ ਲਾਉਂਦੇ ਹਾਂ, ਫਰੰਟ ਰੇਜ਼ ਜਾਂ ਸਾਈਡ ਰੇਜ਼ ਲਾਉਂਦੇ ਹਾਂ ਜਾਂ ਰੀਅਰ ਡੈਲਟਸ ਲਾਉਂਦੇ ਹਾਂ, ਅਸੀਂ ਬਾਡੀ ਨੂੰ ਬਹੁਤ ਜ਼ਿਆਦਾ ਇਨਵੋਲਵ ਕਰ ਲੈਂਦੇ ਹਾਂ ਜਿਹਦੀ ਲੋੜ ਨਹੀਂ ਹੁੰਦੀ, ਅਤੇ ਮੇਨ ਫੋਕਸ ਜਿਹੜਾ ਉਹ ਸ਼ੋਲਡਰ ਤੋਂ ਹੱਟ ਕੇ ਹੋਰ ਜਿਹੜੇ ਮੇਨ ਮਸਲਸ ਆ ਉਹਨਾਂ ਦਾ ਹੋ ਜਾਂਦਾ, ਕਿਉਂਕਿ ਜਿਹੜੇ ਵੱਡੇ ਮਸਲ ਆ ਉਹ ਛੋਟੇ ਮਸਲਸ ਨੂੰ ਹਮੇਸ਼ਾ ਡੋਮੀਨੇਟਿੰਗ ਪਾਵਰ ਦੇ ਵਿੱਚ ਕਰ ਲੈਂਦੇ ਆ, ਹੈ ਨਾ। ਜੇ ਹੁਣ ਛੋਟੇ ਮਸਲ ਆ ਤਾਂ ਉਹਨਾਂ ਦਾ ਫੋਕਸ ਜੇ ਨਹੀਂ ਆ ਤਾਂ ਇਹਦਾ ਮਤਲਬ ਜਿਹੜੇ ਵੱਡੇ ਮਸਲ ਆ ਲੋਅਰ ਬੈਕ ਆ ਜਾਂ ਸਾਡੀ ਚੈਸਟ ਆ ਅਪਰ ਚੈਸਟ ਆ ਉਹ ਉਹਨਾਂ ਨੂੰ ਡੋਮੀਨੇਟਿੰਗ ਪੋਜੀਸ਼ਨ 'ਚ ਲੈ ਜਾਂਦੇ, ਜਿਹਦੇ ਨਾਲ ਫਿਰ ਉਹਨਾਂ ਦੀ ਫੋਕਸ ਘੱਟ ਜਾਂਦਾ। ਸੋ ਇਸ ਚੀਜ਼ ਦਾ ਆਪਾਂ ਬਹੁਤ ਧਿਆਨ ਰੱਖਣਾ ਜੀ ਸਾਰਿਆਂ ਨੇ। ਮੂਵਮੈਂਟ ਕੰਪਲੀਟ ਕਰੋ ਭਾਜੀ ਪੂਰੀ ਪਹਿਲਾਂ, ਓਕੇ ਹਾਂਜੀ ਜਾਓ ਸ਼ਾਬਾ, ਹਾਂ ਐਂਡ ਨਾਓ ਯੂ ਗੋ ਫੋਰਵਰਡ, ਹਾਂ ਲੈ ਆਓ ਥੱਲੇ ਐਂਡ ਟਰਨ ਐਂਡ ਕੰਪਲੀਟ ਕਰੋ ਇਹਨੂੰ ਕੰਪਲੀਟ, ਹਾਂ ਮਤਲਬ ਓ ਸੌਰੀ ਦੇਖਿਆ ਸੀ, ਹਾਂ ਹਾਂਜੀ ਚਲੋ ਜਾਓ, ਯਾ ਜਾਓ ਫਰੰਟ ਰੇਜ ਜਾਓ, ਯਾ ਪੂਰੀ ਮੂਵਮੈਂਟ ਐਂਡ ਸਾਈਡ, ਹਾਂ ਇਹਨੂੰ ਕੰਪਲੀਟ ਕਰੋ ਥੱਲੇ, ਗੋ ਇਨ ਨਾਓ ਯੂ ਟਰਨ ਯੂਰ ਡੰਬਲਸ ਐਂਡ ਯੈਸ ਪਲੀਜ਼ ਵੈਰੀ ਗੁੱਡ, ਲਓ ਪੰਜ ਰੈਪ ਹੋਰ ਲਓ, ਸਾਈਡ ਟੂ ਸਾਈਡ ਜਾਓ, ਡੰਬਲ ਚੇਂਜ, ਯੈਸ ਆਫ ਕੋਰਸ ਵੈਰੀ ਗੁੱਡ ਵੈਰੀ ਗੁੱਡ, ਸ਼ਾਬਾਸ਼ ਚਲੋ ਸਾਈਡ ਟੂ ਸਾਈਡ, ਯਾ ਆਓ ਪਿੱਛੇ ਡੀਅਰ ਮਾਰੋ ਟਾਈਟ ਇੱਥੇ, ਯਾ ਵੈਰੀ ਗੁੱਡ, ਹਾਂ ਮਸਲ ਮੈਂ ਵੀ ਸੇਵ ਨਹੀਂ ਹੈ ਨਾ, ਹਾਂਜੀ ਉਹ ਆਲ ਬਣੀ, ਹਾਂਜੀ ਉਹ ਦੇਖੋ ਹੁਣ ਆਪਾਂ 4-4 ਕਿਲੋ ਕਰ ਰਹੇ ਹਾਂ ਔਰ ਪਸੀਨਾ ਆ ਰਿਹਾ, ਫਾਇਦਾ ਹੀ ਫਾਇਦਾ, ਨਾ ਇੰਜਰੀ ਆ ਨਾ ਤੰਗ ਪਰੇਸ਼ਾਨੀ ਹੈ, ਹੱਸਦੇ ਹੀ ਆਉਣਾ ਤੇ ਹੱਸਦੇ ਹੀ ਜਾਣਾ ਭਾਜੀ, ਦੈਟਸ ਇਟ, ਹਾਂਜੀ ਲਵ ਯੂ ਸ਼ਾਬਾਸ਼, ਅੱਜ ਕਿਵੇਂ ਫੀਲ ਹੋ ਰਿਹਾ? ਗੁੱਡ, ਵੈਰੀ ਗੁੱਡ, ਹਾਓ ਗੁੱਡ, ਵੈਰੀ ਗੁੱਡ, ਕਿੰਨਾ ਵੈਰੀ ਗੁੱਡ, ਬਸ ਦੱਸਾਂ ਵੈਰੀ ਗੁੱਡ, ਕਿੰਨਾ ਮਹੀਨੇ ਬਾਅਦ ਦੇਖਿਓ ਹਰ ਨਾਲ ਵੱਧ ਸਰੀਰ ਹੋਊਗਾ, ਹਰ ਪਕਾਉਣੇ ਹੈ ਇੱਕ ਫਾਰਮਰ ਬੰਦਾ, ਹਾਰ ਪਿਓ ਤਾਂ, ਅੱਛਾ ਹਾਰ ਪਾ, ਪੰਜਾਬੀਆਂ ਦਾ ਤਾਂ ਹਰ ਪੀ ਆ, ਹਰ ਪੀ ਐਵੇਂ ਦਾ ਦੂਰਿਆਂ ਦਾ ਹਾਰ ਪਾ, ਪੰਜਾਬੀਆਂ ਦਾ ਹਰ ਪਾ, ਸੈਂਡੀ ਜੀ ਤੁਸੀਂ ਬੋਲ ਸਕਦੇ ਆ, ਹਾਂਜੀ 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 ਤਾਂ ਇਹ ਕਹਿੰਦਾ, ਹਾਂਜੀ ਹਾਂਜੀ ਤਾਂ ਉਹ ਸਾਊਂਡ ਇਹਦੇ ਚ ਪਾ ਲੈਣੀ ਮੈਂ, ਹਾਂਜੀ ਹਾਂਜੀ ਭਾਈ ਤੁਸੀਂ ਕਿਵੇਂ ਫੀਲ ਕਰ ਰਹੇ ਹੋ? ਮੈਂ ਬਹੁਤ ਵਧੀਆ ਫੀਲ ਕਰ ਰਿਹਾ ਭਾਜੀ, ਨੌਲੇਜ ਸ਼ੇਅਰ ਕਰ ਰਹੇ ਹਾਂ, ਮਜ਼ਾ ਆ ਰਿਹਾ ਜੀ, ਥੈਂਕ ਯੂ। ਇਹ ਭਾਜੀ ਸਾਡੇ ਆਖੇ ਇਲਾਕੇ YouTube ਚੈਨਲ ਬਣਾਉਣਗੇ, ਹਾਂਜੀ, ਤੇ ਨੌਲੇਜ ਸ਼ੇਅਰ ਕਰਨੇ ਦਾ, ਰੀਅਲ ਨੌਲੇਜ, ਅਸਲੀ ਜੋ ਬਾਡੀ ਦੀ ਆ, ਫਿਜ਼ੀਕ ਦੀ, ਬਾਇਓ ਮਕੈਨਿਕਸ ਜਿਹਨੂੰ ਕਹਿ ਦਿੰਦੇ ਆਪਾਂ, ਹੈ ਨਾ, ਬਾਇਓ ਮਕੈਨਿਕਸ ਕਹਿ ਸਕਦੇ ਆ, ਹਾਂਜੀ 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 ਸਰੀਰਕ ਕਿਰਿਆਵਾਂ, ਸਹੀ ਸਰੀਰਕ ਕਿਰਿਆਵਾਂ ਕਿਵੇਂ ਕਰਨੀਆਂ, ਕਿਵੇਂ ਕਰਨੀਆਂ, ਕਿਵੇਂ ਮਸਲ ਹਿੱਟ ਹੁੰਦਾ ਨਾ,
ਸਾਰਿਆਂ ਨੂੰ ਮਤਲਬ ਵਧੀਆ ਲੱਗਦੇ ਕਿਉਂਕਿ ਵਿਜ਼ੀਬਲ ਹੁੰਦੇ ਆ ਇਹ ਆਲਵੇਜ਼ ਜਦੋਂ ਆਪਾਂ ਗਰਮੀਆਂ ਦੇ ਵਿੱਚ ਟੀ ਸ਼ਰਟਸ ਪਾਉਂਦੇ ਹਾਂ ਸਭ ਤੋਂ ਵੱਧ ਵਿਜ਼ੀਬਲ ਇਹੀ ਆ ਮਸਲ ਸੋ ਇਸੇ ਕਰਕੇ ਬਈ ਆਪਾਂ ਚਾਹੁੰਦੇ ਹਾਂ ਕਿ ਵਧੀਆ ਹੋਣ ਸਾਡੀਆਂ ਆਰਮਸ ਹਨਾ ਫਿੱਲ ਲੱਗਣ ਅਤੇ ਇਹ ਪ੍ਰੀਚਰ ਕਰਲ ਐਕਸਰਸਾਈਜ਼ ਐਕਸਪਲੇਨ ਕਰਦਾ ਜੀ ਤੁਹਾਨੂੰ ਅੱਜ ਸੋ ਜਿਹਦੇ ਵਿੱਚ ਫਸਟ ਜਿਹੜੇ ਤੁਹਾਡੇ ਪੈਰ ਆ ਉਹ ਪ੍ਰੋਪਰ ਸਟੈਂਸ ਹੋਣਾ ਚਾਹੀਦਾ ਤੁਹਾਡਾ ਨਾ ਨਾ ਜ਼ਿਆਦਾ ਇਨਵਰਡ ਹੋਣੇ ਚਾਹੀਦੇ ਆ ਨਾ ਜ਼ਿਆਦਾ ਆਊਟਵਰਡ ਹੋਣੇ ਚਾਹੀਦੇ ਇਟ ਹੈਜ਼ ਟੂ ਬੀ ਅਕੋਰਡਿੰਗ ਟੂ ਸੋ ਜਿੰਨੀ ਕੁ ਤੁਹਾਡੀ ਸ਼ੋਲਡਰ ਵਿੜਥ ਉਹਦੇ ਅਕੋਰਡਿੰਗਲੀ ਤੁਸੀਂ ਇਹਦੇ ਨਾਲ ਸਟੇਬਲ ਰਹੋਗੇ ਬੈਲੈਂਸ ਵਧੀਆ ਰਹੂਗਾ ਅਤੇ ਦੂਜੀ ਚੀਜ਼ ਜਿਹੜੇ ਪਾਮ ਫੇਸਿੰਗ ਅਪਵਰਡ ਰਹੂਗਾ ਮਤਲਬ ਹੱਥਾਂ ਦੀ ਜਿਹੜੀ ਹਥੇਲੀ ਆ ਇਹ ਵਿਜੂਲਾਈਜ਼ ਕਰਨਾ ਕਿ ਇਹਨੂੰ ਤੁਸੀਂ ਉੱਪਰ ਨੂੰ ਛੱਤ ਵੱਲ ਨੂੰ ਲੈ ਕੇ ਜਾਣਾ ਜੀ ਸੋ ਦੈਟ ਯੂ ਇੰਪਰੂਵ ਰੇਡੀਅਸ ਫਲੈਕਸ਼ਨ ਐਕਸਟੈਂਸ਼ਨ ਇਹ ਆਪਣੀ ਬਾਇਓਮਕੈਨੀਕਲ ਸਰੀਰਕ ਕਿਰਿਆਵਾਂ ਦੀ ਮੂਵਮੈਂਟ ਇਹਨੂੰ ਫਲੈਕਸ਼ਨ ਐਕਸਟੈਂਸ਼ਨ ਕਹਿੰਦੇ ਦੁਨੀਆਂ ਦੇ ਹਰ ਕੋਨੇ 'ਚ ਅਤੇ ਇਹ ਅਸੀਂ ਕਰਨੀ ਆ ਫਲੈਕਸ਼ਨ ਐਕਸਟੈਂਸ਼ਨ ਸੋ ਕਰਨੀ ਕਿਵੇਂ ਐਲਬੋਸ ਜਿਹੜੀਆਂ ਨੇ ਉਹ ਹਮੇਸ਼ਾ ਅਸੀਂ ਸੀਟ ਦੇ ਨਾਲ ਜਿਵੇਂ ਇਹਦੇ ਨਾਲ ਗੱਦੇ ਨਾਲ ਜੋੜ ਕੇ ਰੱਖਣੀਆਂ ਹੈ ਨਾ ਮੇਕ ਸ਼ੋਰ ਕਿ ਹਮੇਸ਼ਾ ਇਹਦੇ ਨਾਲ ਕੰਟੈਕਟ ਬਣਾ ਕੇ ਰੱਖਣ ਜੇ ਐਲਬੋ ਅੱਗੇ ਹੋਣਗੀਆਂ ਜਾਂ ਉੱਪਰ ਹੋਣਗੀਆਂ ਉਹ ਫਿਰ ਸਾਨੂੰ ਫੀਲ ਨਹੀਂ ਮਿਲਣਾ ਜੀ ਸੋ ਉੱਪਰ ਜਾ ਕੇ ਇਹਨੂੰ ਅਸੀਂ ਸਕੂਈਜ਼ ਕਰਨਾ ਉੱਪਰ ਫੋਕਸ ਕਰਨਾ ਕਿ ਅਸੀਂ ਸਕੂਈਜ਼ ਕਰ ਰਹੇ ਹਾਂ ਸੋ ਮਸਲ ਨੂੰ ਓਪਨ ਕਰਨਾ ਐਂਡ ਦੈਨ ਉੱਪਰ ਸਕੂਈਜ਼ ਕਰਨਾ ਮੇਕ ਸ਼ੋਰ ਚਿੰਨ ਹਮੇਸ਼ਾ ਆਊਟ ਹੋਣੀ ਚਾਹੀਦੀ ਆ ਇੱਦਾਂ ਨਹੀਂ ਕਰਨੀ ਜੇ ਇੱਦਾਂ ਰਹੂਗੀ ਤਾਂ ਇੰਜਰੀ ਦੇ ਚਾਂਸ ਰਹਿੰਦੇ ਲੋਅਰ ਬੈਕ ਦੇ ਉੱਤੇ ਸੋ ਯੂ ਗੋ ਆਲ ਦਾ ਵੇ ਡਾਊਨ ਐਂਡ ਦੈਨ ਸਕੂਈਜ਼ ਹੈਵ ਏ ਲਿਟਲ ਪੌਜ਼ ਐਂਡ ਦੈਨ ਓਪਨ ਅਪ ਅਗੇਨ ਕਮ ਬੈਕ ਐਂਡ ਮੇਕ ਸ਼ੋਰ ਯੂ ਕੀਪ ਬਰੀਦਿੰਗ ਐਂਡ ਸਕੂਈਜ਼ ਇਹ ਮੁੰਡਾ ਜੀ ਕੁਰਾਨ ਢਿੱਲੋਂ ਹਰ ਮੈਦਾਨ ਫਤਿਹ ਕੌਂਕਰ ਐਵਰੀ ਬੈਟਲ ਆ ਦੇਖੋ ਮੂਵਮੈਂਟ ਸਹੀ ਕਰਨ ਦੇ ਨਾਲ ਹੀ ਪੂਰਾ ਫੋਕਸ ਮਸਲਸ ਦੇ ਉੱਤੇ ਆ ਗਿਆ ਜੀ ਠੀਕ ਹੈ ਨਾ ਹਾਂਜੀ ਭਾਜੀ ਆਹ ਦੇਖੋ ਹੱਥ ਭਾਜੀ ਗ੍ਰੇਸ ਜੇ ਸਾਡੀ ਟੈਕਨੀਕ ਵਧੀਆ ਨਾ ਤਾਂ ਗ੍ਰੇਸ ਆਪੇ ਹੀ ਆ ਜਾਣੀ ਭਾਜੀ ਮਸਲਸ ਦੇ ਅੰਦਰ ਹਾਂਜੀ ਸੋ ਸਾਨੂੰ ਕੋਈ ਜ਼ਿਆਦਾ ਤੰਗ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਦੇਖੋ ਜਦੋਂ ਹੁਣ ਉੱਤੇ ਜਾਂਦੇ ਹਾਂ ਵਧੀਆ ਟੈਕਨੀਕ ਆ ਇੱਥੇ ਫੋਕਸ ਆ ਰਿਹਾ ਪੂਰਾ ਮਸਲ ਟਾਈਟ ਹੋ ਰਿਹਾ ਭਾਜੀ ਐਂਡ ਦੈਟਸ ਵਾਟ ਵੀ ਵਾਂਟ ਭਾਜੀ ਹਾਂਜੀ ਇਹ ਮੁੰਡਾ ਆ ਕੁਰਾਨ ਢਿੱਲੋਂ ਇਹਦੇ ਬਲੌਗ ਵਿੱਚ ਆਉਣ ਦੇ ਨਾਲ ਹੁਣ ਮੇਰੇ 10 ਲੱਖ ਵਿਊ ਵੱਧ ਗਏ ਆ ਆਉਂਦੇ ਹੀ ਵਿਊ ਵੱਧ ਗਏ ਮੇਰੇ ਇਹ ਡੋਲਾ ਦੇਖ ਲਓ ਜੀ ਆਹ ਦੇਖੋ ਜ਼ੋਰ ਘੱਟਾ ਲੱਗਾ ਟੀ ਸ਼ਰਟ ਚੱਕ ਕੇ ਦਿਖਾ ਆ ਇੱਧਰ ਲੱਗਾ ਰਿਹਾ ਜ਼ਿਆਦਾ ਵਧੀਆ ਆ ਰਿਹਾ ਜੀ ਲੈ ਹੁਣ ਬੋਲ ਗੁੱਡ ਕੀ ਸੀਗਾ ਹੋ ਗਿਆ ਹੁਣ ਹੋ ਗਿਆ ਬਾਈ ਦਾ ਤੁਸੀਂ ਕਹਿ ਦੋ ਵੀ ਮਤਲਬ ਮੇਰੀ ਐਕਸਪਲੇਨੇਸ਼ਨ ਸਮਝ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਇਹਦੇ ਬਾਰੇ ਕਹਿ ਦੋ ਚਲੋ ਬਹੁਤ ਸੋਹਣੀ ਸਮਝ ਲੱਗ ਰਹੀ ਹੈ ਬਹੁਤ ਸੋਹਣੀ ਇਹ ਵੀ ਹੁਣ ਮੈਂ ਆਟਾ ਪਾ ਹੁਣ ਮੈਂ ਮਹੀਨੇ ਦੀ ਸਰੀਰ ਹਰਪ ਤੋਂ ਵਧੀਆ ਬਣਾ ਲੈ ਜੀ ਜੀ ਹਰਪ ਤੋਂ ਕਿ ਆਪਣਾ ਬਣਾ ਦੋ ਦਾਰੂ ਛੱਡਦੀ ਆ ਦਾਰੂ ਇਹ ਵਲੌਗ ਚ ਆ ਗਈ ਆ ਫਿਰ ਕੀ ਆ ਚਲ ਕੋਈ ਕਹਿੰਦਾ ਸੀ ਇਹਦੇ ਚ ਆਪਾਂ ਪੰਜਾਬੀ ਥੋੜੀ ਨਾ ਲਗਾਉਂਦੇ ਹੁੰਦੇ ਆ ਧਰਮਿੰਦਰ ਕਹਿੰਦਾ ਕਿ ਉਹਨੇ ਜਿੱਦਣ ਪਹਿਲੀ ਵੀ ਮਿਲੀ ਆ ਪਹਿਲਾਂ ਜਾ ਕੇ ਦਾਰੂ ਖਰੀਦੀ ਸੀ ਸਿੱਧਾ ਬੋਲਦਾ ਰਹੇ ਜਿਹੜੀ ਚੀਜ਼ ਕਰਦੇ ਆ ਕਰਦੇ ਆਪਾਂ ਪਰ ਦਾਰੂ ਨਹੀਂ ਪ੍ਰਮੋਟ ਕਰਦੇ ਨਹੀਂ 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 ਪੀਣੀ ਉਹ ਮਾੜੀ ਸੀ ਦਾ ਢਿੱਡ ਵਧਾਤਾ ਮੇਰਾ ਪੂਰਾ ਐਂਗਲ ਓਪਨ ਕਰੋ ਹਾਂ ਓਪਨ ਕਰੋ ਇੱਥਾਂ ਹਾਂ ਖਿੱਚੋ ਇੱਥਾਂ ਸ਼ਾਬਾਸ਼ ਕੋਲ ਫੇਸ ਸਿੱਧਾ ਰੱਖੋ ਵੈਰੀ ਗੁੱਡ ਦੇਖੋ ਗੁੱਡ ਵਿਜੂਲਾਈਜ਼ ਕਰਨਾ ਕਿ ਜਿਹੜੇ ਪਾਮ ਆ ਸਾਡੇ ਹਾਂਜੀ ਉਹ ਉੱਪਰ ਨੂੰ ਜਾ ਰਹੇ ਨੇ ਹਾਂ ਟਾਈਟ ਰੱਖੋ ਹਮੇਸ਼ਾ ਗ੍ਰਿਪ ਮਸਲ ਐਕਟੀਵੇਟ ਰਹੂਗਾ ਓਕੇ ਜੀ ਹਾਂਜੀ ਲਓ 5 ਰੈਪ 4 ਲਓ ਟਾਈਟ ਯਾ ਪੌਜ਼ ਕਰਨਾ ਉੱਤੇ ਜਾਓ ਪੌਜ਼ ਕਰੋ 2 ਸ਼ਾਬਾਸ਼ ਸਕੂਈਜ਼ 3 4 ਐਂਡ 5 ਓਕੇ ਛੱਡਣਾ ਨਹੀਂ 5 ਰੈਪ ਲਓ ਇੱਥੋਂ ਹਾਫ
squeeze holy 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 one two ho slow three yeah four last one five okay panch upar lavange half let's go 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 squeeze holy slow yeah go two come on three let's go four last one okay last five full range go squeeze one okay thalle jaawange 3 seconds 1 2 3 and squeeze explosive go 1 2 3 and explosive good 1 2 3 and explosive good 2 go 3 1 2 3 go okay last rep go and hold karo squeeze it hard hold hold okay come here hold 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 karo bhai hold 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 go down hold hold karo hold karo drop hold and drop ek set ki bomb ho ਜਾਨ ਨਿਕਲ ਗਿਆ ਨਾ ਜਾਨ ਕੱਲ ਨੂੰ ਪਤਾ ਲੱਗੂਗਾ ਜਾਨ ਮੇਰੀ ਕੱਲ ਜਦੋਂ ਇਦਾਂ ਤੁਗਾ ਮੈਂ ਹੁਣ ਆਪਾਂ ਇਹ ਕਰਦੇ ਇੱਕ ਐਕਸੇ ਲਾ ਲੈਣਾ ਭਾਈ ਤੁਸੀਂ ਲਾਓ ਇੱਕ ਆਪਾਂ ਟ੍ਰੈਸਰ ਦੀ ਲਾ ਲੈਣੀ ਆ ਹਾਂਜੀ ਫਿਰ ਤੁਹਾਨੂੰ ਕਾਫੀ ਪਿਆ ਕੇ ਜਾਣਾ ਹਾਂਜੀ ਹਾਂਜੀ ਤੇ ਆਪਾਂ ਹਾਂਜੀ ਬਲੌਗ ਤਾਂ ਸ਼ੁਰੂਆਤ ਤਾਂ ਕੀਤੀ ਨਹੀਂ ਪਰ ਐਂਡਿੰਗ ਜ਼ਰੂਰ ਕਰਨੀ ਆਪਾਂ ਉਹ ਖੜ ਕੇ ਕਰਾਂਗੇ ਇਹ ਸਾਡੇ ਸੈਂਡੀ ਸੈਂਡੀ ਵੀਰ ਇਹ ਇੱਥੇ ਮੈਲਬਨ 'ਚ ਬਹੁਤ ਮਸ਼ਹੂਰ ਨੇ ਵੈਰੀ ਵੈਰੀ ਫੇਮਸ ਹਾਂ ਸਾਡਾ ਵਲੌਗ ਇਹਨਾਂ ਕਰਕੇ ਵੀ ਚੱਲਣਾ ਆ ਹੈਨਾ ਸਾਨੂੰ ਵੀਰ ਤੇ ਹਮੇਸ਼ਾ ਹੀ ਮਾਣ ਰਹਿੰਦਾ ਵੀ ਇੰਨਾ ਵਧੀਆ ਹੈਨਾ ਮੈਸੇਜ ਦਿੰਦੇ ਹਮੇਸ਼ਾ ਹੀ ਸੋ ਵੈਰੀ ਗੁੱਡ ਫਿਜ਼ੀਕ ਬਹੁਤ ਸੋਹਣੀ ਆ ਭਾਜੀ ਦੀ ਹਾਂਜੀ ਟ੍ਰਾਈਸੈਪਸ ਐਕਸਟੈਂਸ਼ਨ ਲਾਸਟ ਐਕਸਰਸਾਈਜ਼ ਆ ਸਾਡੀ ਅੱਜ ਸੋ ਐਲਬੋ ਨੂੰ ਅਸੀਂ ਟੱਕ ਇਨ ਕਰਕੇ ਰੱਖਾਂਗੇ ਜ਼ਿਆਦਾ ਮੂਵਮੈਂਟ ਨਾ ਹੋਵੇ ਜਿੱਥੇ ਲੌਕ ਕਰਤੀਆਂ ਕਰਤੀਆਂ ਐਂਡ ਦੈਨ ਮੈਂ ਇਹਦੇ ਪੈਰਲਰ ਜਾਊਂਗਾ ਜਿਹੜੀ ਬਾਹਰ ਹੈ ਨਾ ਜੀ ਹਾਂਜੀ ਸੋ ਇਹਦੇ ਪੈਰਲਰ ਜਾ ਕੇ ਜਦੋਂ ਪੂਰਾ ਥੱਲੇ ਚੱਲ ਗਿਆ ਇਹਨੂੰ ਮੈਂ ਆਊਟ ਕਰ ਦੂੰਗਾ ਦੈਟਸ ਇਟ ਓਕੇ ਸਿੰਪਲ ਫਾਰਮੂਲਾ ਗੋ ਅਪ ਐਂਡ ਦੈਨ ਸਕੂਈਜ਼ ਯੂ ਗੋ ਅਪ ਐਂਡ ਦੈਨ ਸਕੂਈਜ਼ ਇਟ ਆਊਟ ਹਾਰਡਰ ਸਕੂਈਜ਼ ਗੋ ਅਪ ਬਸ ਇਮੇਜਿਨ ਕਿ ਇਹਦੇ ਪੈਰਲ ਜਾਣਾ ਥੱਲੇ ਜਾ ਕੇ ਐਸੇ ਸਟ੍ਰੈਚ ਕਰ ਦੇਣਾ ਜੁਆਇੰਟ ਦੈਟਸ ਇਟ ਐਲਬੋ ਐਲਬੋ ਲੌਕ ਕੰਟਰੋਲ ਕਰੋ ਐਲਬੋ ਐਲਬੋ ਕੰਟਰੋਲ ਕਰੋ ਹਾਂ ਜਾਓ ਸ਼ਾਬਾਸ਼ ਵੈਰੀ ਗੁੱਡ ਥੋੜ੍ਹਾ ਜਿਹਾ ਲੀਨ ਫੋਰਵਰਡ ਜਾਓ ਲੁੱਕ ਸਟ੍ਰੇਟ ਹਾਂ ਚਲੋ ਸ਼ਾਬਾਸ਼ ਯਾ ਸਲੋ 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 ਹਾਂਜੀ ਗੁੱਡ ਬਹੁਤ ਸ਼ਾਬਾਸ਼ ਯਾ ਮੂਵ ਕਰੋ ਐਂਡ ਥੱਲੇ ਜਾ ਕੇ ਮੂਵ ਕਰੋ ਯਾ ਪੁਸ਼ ਇਟ ਆਊਟ ਯਾ ਗੁੱਡ squeeze it harder yeah good very good keep breathing very good have a pause one now 10 rep ho shabash good two very good shabash three perfect four that's what we want bhai move it five six seven yeah eight nine ਪਹਿਲਾਂ ਪਤਾ ਨਹੀਂ ਲੱਗ ਰਿਹਾ ਮਸਲ ਕਿਹੜਾ ਦਿਖਾਉਣਾ ਪਹਿਲਾਂ ਇਧਰਲੀ ਬਾਹ ਫਿਰ ਉਧਰਲੀ ਦੇਖੋ ਨੀ ਦੇਖੋ ਬੈਂਡ ਹੋਏ ਨਾ ਥੋੜੇ ਉਹਦੇ ਨਾਲ ਕੀ ਹੈ ਸ਼ੌਕ ਅਬਜ਼ੋਰਬ ਹੋ ਗਿਆ ਸੇਫ ਰਹੂਗੇ ਲੈਗਸ ਸਾਡਾ ਬਲੌਗ ਸੁਪਰ ਹਿੱਟ ਮੈਲਬਨ ਦਵਾਲਿਆਂ ਕਰਕੇ ਜਾਂ ਦੋ ਜਿਹੜੇ ਬੰਦੇ ਆਏ ਨਾ ਮੇਰੇ ਨਾਲ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਅੱਜ ਦਾ ਮੈਨੂੰ ਲਿਆਉਣ ਵਾਲੇ ਆ
ਇਹਨਾਂ ਦੇ ਨਾਲ ਮੇਰਾ ਬਲੌਗ ਬਹੁਤ ਸੁਪਰ ਸੁਪਰ ਹਿੱਟ ਜਾਣਾ। ਪਹਿਲੇ ਤਾਂ ਦੋ ਤਿੰਨ ਚਾਰ ਚਾਰ ਹਜ਼ਾਰ ਜਾਂਦੇ ਆ, ਐਤਕੀ ਮਿਲੀਅਨ ਚੱਲ ਜਾਣਾ। ਅਰ ਕਿਆ ਵੀ ਮਹਿੰਗੀ ਗੱਡੀ ਤੇ ਆਓ, ਕਿਹੜੀ ਸੀ ਮਰਸਡੀ ਮਾਰਕ ਦੀ ਕਿਹੜੀ ਗੱਡੀ ਉਹ? ਮੇਰੇ ਮੇਰੀ ਗੱਡੀ ਹੈ। ਤੇਰੀ ਗੱਡੀ ਨਾ ਦੱਸੋ ਨਾ, ਲੋਕਾਂ ਨੂੰ ਪਤਾ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਮੇਰੀ ਗੱਡੀ। ਇਹ ਇੱਕ ਮਿੰਟ, ਮੈਂ ਕੈਮਰਾ ਐਂਗਲ ਕਿੱਦਾਂ ਚੇਂਜ ਕਰਾਂ? ਨਹੀਂ, ਕੈਮਰਾ ਐਂਗਲ ਨਹੀਂ ਚੇਂਜ ਕਰਨਾ ਉਹਦਾ। ਇਹ ਭਾਈ ਸਾਡੇ ਅੱਜ ਦੇ ਇਹਨਾਂ ਦੀ ਜਿੰਮ ਆ, ਕ੍ਰਿਸ ਕ੍ਰੇਨ ਬਨ 'ਚ ਫਿੱਟ ਵੇਸ ਜਿੰਮ ਆ ਜੀ। ਅਤੇ ਇਹ ਦੋ ਬੰਦੇ ਆ ਜਿਹੜੇ ਮੈਨੂੰ ਲੈ ਕੇ ਆਏ ਇੱਥੇ ਤੱਕ। ਇਹਦੀ ਕਾਰ ਨਹੀਂ, ਇਹਦੀ ਕਾਰ ਸੀਗੀ ਮਰਸਡੀਜ਼, ਮਹਿੰਗੀ ਕਾਰ, ਮਹਿੰਗੀ ਕਾਰ ਮਰਸਡੀਜ਼ ਦੀ, ਹੈਨਾ? ਹੁਣੇ ਹੁਣੇ ਲਈ ਆ, ਹੁਣੇ ਹੁਣੇ ਲਈ ਆ ਮਰਸਡੀਜ਼ ਵੇਚ ਕੇ। ਹੈਂ? ਉਹ ਤਾਂ ਪਹਿਲਾਂ ਮਸਟੈਂਗ ਵਿੱਚ ਹੀ ਆ। ਹੈ? ਗੱਡੀਆਂ ਬਹੁਤ ਬਦਲਦਾ ਹੁੰਦਾ, ਇਹ ਵੀ ਦੱਸੋ। ਅਤੇ ਇਹ ਭਾਅ ਜੀ ਇੱਥੇ ਦੇ ਉਹ ਨੇ ਯੋਧੇ, ਅਤੇ ਉਹਦੀ ਕਾਰ ਆ, ਇਹ ਭਾਅ ਜੀ ਦੀ ਜਿੰਮ ਆ ਉਹਦੀ ਕਾਰ। ਅਤੇ ਜਿਹੜੇ ਨਹੀਂ ਜਾਂਦੇ ਭਾਈ ਸਰਫ ਖੇਲਿਆ ਨਾ ਪੰਜਾਬ ਵਾਲਿਆਂ ਲਈ, ਹੈਨਾ ਜੀ ਭਾਅ ਜੀ? ਅਤੇ ਇਹਨਾਂ ਦੇ ਕੋਲ ਸਰੀਰਕ ਕਿਰਿਆਵਾਂ ਦੀ ਬਹੁਤ ਜ਼ਿਆਦਾ ਨੌਲੇਜ, ਬਾਇਓ ਮਕੈਨਿਕਸ ਇਹਨੂੰ ਕਹਿੰਦੇ ਨੇ, ਬਹੁਤ ਹੀ ਨੌਲੇਜ ਹੈ ਭਾਅ ਜੀ ਰੱਖੀ ਬੈਠੇ ਸਰੀਰ ਦੇ ਲਈ। ਇਹਨਾਂ ਨੂੰ ਮੈਂ ਕਹਿ ਰਿਹਾ ਭਾਈ ਮੇਰੇ ਹੱਥ ਕੰਬੀ ਜਾਂਦੇ ਭਾਅ ਜੀ, ਅਤੇ ਕਿ ਤੁਸੀਂ ਸ਼ੇਅਰ ਕਰੋ ਨੌਲੇਜ, ਅਤੇ ਇਹ ਹੁਣ ਸਾਡੇ ਆਖੇ ਲੱਗ ਕੇ ਜ਼ਰੂਰ ਕਰਨਗੇ, ਨਹੀਂ ਕਰਾਂਗੇ ਕਰਾ ਲਾਉਣਾ ਹੀ ਆ। ਬਿਲਕੁਲ ਭਾਈ, ਵਾਅਦਾ ਕਰਤਾ ਤੁਹਾਡੇ ਨਾਲ। ਹਾਂ, ਕਰਨੀ ਆ ਜੀ। ਡਨ ਭਾਈ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਿਸ ਇਨਫੋਰਮੇਸ਼ਨ ਫੈਲੀ ਹੋਈ ਆ, ਗਲਤੀਆਂ ਜ਼ਿਆਦਾ ਨੇ, ਸੋ ਆਪਾਂ ਕਰਨਾ ਪੂਰੀ ਕੋਸ਼ਿਸ਼ ਕਰਾਂਗੇ ਭਾਈ। ਥੈਂਕ ਯੂ ਭਾਈ। ਐਕਸਟੈਂਸ਼ਨ ਤੁਹਾਡੀ ਫਰੰਟ ਪਾਰਟ ਜਿਹੜਾ ਲੈਗ ਦਾ ਹੋ ਗਿਆ, ਵਿੱਚ ਇਜ਼ ਕੋਰਡਸ। ਹੁਣ ਕੋਰਡਸ ਦੇ ਵਿੱਚ ਵੀ 6 ਮਸਲ ਹੁੰਦੇ ਆ, ਇੱਕ ਮਸਲ ਦੇ ਵਿੱਚ ਕੋਰਡ ਦੇ ਵਿੱਚ 6 ਛੋਟੇ ਮਸਲ ਫਾਈਬਰ ਹੁੰਦੇ ਆ। ਸਭ ਤੋਂ ਵੱਡਾ ਮਸਲ ਜਿਹੜਾ ਉਹ ਸਾਰਟੋਰੀਅਸ ਹੁੰਦਾ, ਮਤਲਬ ਉਹ ਤੁਹਾਡੇ ਨੀਂ ਤੋਂ ਸ਼ੁਰੂ ਹੁੰਦਾ ਅਤੇ ਹਿੱਪ ਤੱਕ ਜਾਂਦਾ। ਓਕੇ, ਠੀਕ ਆ। ਐਂਡ ਦੈਨ ਉਹ ਸਾਰੇ ਮਸਲ ਵਿੱਚ ਆ ਜਾਂਦੇ ਆ। ਜਦੋਂ ਆਪਾਂ ਕਿਸੇ ਵਧੀਆ ਵੈਲ ਟ੍ਰੇਨਡ ਬਾਡੀ ਬਿਲਡਰ ਨੂੰ ਦੇਖਦੇ ਹਾਂ ਤਾਂ ਸੈਪਰੇਸ਼ਨ ਹੁੰਦੀ ਹੈ, ਸੈਪਰੇਸ਼ਨ। ਸੋ ਉਹ ਮਸਲ ਫਾਈਬਰ ਆਪਾਂ ਹਰ ਇੱਕ ਟ੍ਰੇਨ ਕਰਨਾ ਹੁੰਦਾ, ਉਹਦੇ ਡਿਫਰੈਂਟ ਡਿਫਰੈਂਟ ਹੈੱਡ ਆ ਇੱਥੇ। ਆਓ ਆਪਾਂ ਬੇਸਿਕ ਲਾਉਂਦੇ ਹਾਂ, ਆਓ ਪਹਿਲਾਂ ਪੋਜੀਸ਼ਨ ਲਓ, ਲੈਗਜ਼ ਦੇ ਅੰਦਰ ਪਾਓ। ਬੇਸਿਕ ਇਨਫੋਰਮੇਸ਼ਨ, ਸੈਲਫ ਇਨਫੋਰਮੇਸ਼ਨ ਆਪਾਂ ਕੀ ਰੱਖਣੀ ਹੈ, ਜਿਹੜੀ ਬਾਡੀ ਹੈ ਨਾ ਉਹਨੂੰ ਕਦੇ ਵੀ ਇੱਦਾਂ ਨਹੀਂ। ਇਹ ਸਾਡੇ ਸੈਂਡੇ ਜੀ, ਅੰਦਰ ਸਾਡਾ ਯੋਧਾ ਨਵਾਂ। ਦੂਜੀ ਚੀਜ਼ ਜਿਹੜੀ ਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਰਦ ਅਤੇ ਭਾਅ ਜੀ ਸਰਬ ਗਿੱਲ, ਇਹਨਾਂ ਦਾ ਇੱਥੇ ਮੈਲਬਰਨ ਵਿੱਚ ਫਿੱਟ ਵੇਸ ਜਿਮਨਾਜ਼ੀਅਮ ਆ ਕ੍ਰੇਨਬਰਨ ਵਿੱਚ। ਅਤੇ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਸਰੀਰਕ ਪ੍ਰਕਿਰਿਆਵਾਂ, ਜਿਹੜੇ ਪੰਜਾਬੀ ਬਾਇਓ ਮਕੈਨਿਕ ਅੰਗਰੇਜ਼ੀ ਵਿੱਚ ਕਹਿੰਦੇ ਆ, ਉਹਨਾਂ ਦੀ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ। ਅਸੀਂ ਅੱਜ ਇਹਨਾਂ ਦਾ ਸੈਸ਼ਨ, ਸਾਡਾ ਸੈਸ਼ਨ ਇਹਨਾਂ ਦੇ ਨਾਲ ਸੀਗਾ, ਇਹਨਾਂ ਦਾ ਸੈਸ਼ਨ ਸਾਡੇ ਨਾਲ ਸੀਗਾ, ਜੋ ਮਰਜ਼ੀ ਕਹਿ ਸਕਦੇ ਆਪਾਂ। ਅਤੇ ਇਹਨਾਂ ਨੂੰ ਅਸੀਂ ਕਿਹਾ ਕਿ ਤੁਹਾਡੇ ਕੋਲ ਜਿਹੜਾ ਗਿਆਨ ਆ ਸਰੀਰਕ, ਉਹ ਦੁਨੀਆ ਵਿੱਚ ਵੰਡੋ, ਖਾਸ ਕਰਕੇ ਪੰਜਾਬੀ ਵਿੱਚ, ਪੰਜਾਬ ਦੇ ਲਈ, ਤਾਂ ਕਿ ਉਹਨਾਂ ਨੂੰ ਪਤਾ ਲੱਗੇ, ਕਿਉਂਕਿ ਪੰਜਾਬ ਦੇ ਵਿੱਚ ਮਿਸ ਇਨਫੋਰਮੇਸ਼ਨ ਬਹੁਤ ਹੈ, ਐਕਸਰਸਾਈਜ਼ਾਂ ਲਈ ਵੀ, ਈਵਨ ਡਾਇਟ ਦੇ ਲਈ ਵੀ, ਸਰੀਰ ਦੇ ਲਈ ਵੀ। ਤਾਂ ਇਹ ਸਾਡੇ ਬਲੌਗ ਦਾ ਐਂਡ ਆ। ਤਾਂ ਬਹੁਤ ਹੀ ਮੋਟੀਵੇਟ ਕਰਨ ਵਾਲੇ ਇਨਸਾਨ ਨੇ, ਅਤੇ ਭਾਅ ਜੀ ਤੁਸੀਂ ਚੰਦ ਸ਼ਬਦ ਤੁਹਾਡੇ। ਹਾਂਜੀ ਭਾਅ ਜੀ, ਥੈਂਕ ਯੂ, ਅੱਜ ਬਹੁਤ ਵਧੀਆ ਸੈਸ਼ਨ ਰਿਹਾ। ਸੋ ਜਿੰਨੀ ਮੈਨੂੰ ਨੌਲੇਜ ਸੀ ਮੈਂ ਭਾਅ ਜੀ ਨੂੰ ਥੋੜ੍ਹੀ ਜਿਹੀ ਸ਼ੇਅਰ ਕੀਤੀ ਆ, ਅਤੇ ਬਹੁਤ ਜਲਦੀ ਆਪਾਂ ਇਹਨੂੰ ਵਾਸ ਤੁਹਾਡੇ ਸਾਰਿਆਂ ਨਾਲ ਵੀ ਸ਼ੇਅਰ ਕਰਾਂਗੇ। ਸੋ ਇਹਨਾਂ ਦਾ ਯੂਟਿਊਬ ਚੈਨਲ ਬਣਾਉਣ ਨੂੰ ਕਿਹਾ ਕਿ ਜਿੱਥੇ ਇਹ ਆਪਦੀ ਜਿਹੜੀ ਇਨਫੋਰਮੇਸ਼ਨ ਆ, ਘੜਾ ਜਿਹੜਾ ਭਰਿਆ ਆ, ਹੈ ਨਾ, ਉਹ ਡੁੱਲੇ ਜੀ, ਹੈ ਨਾ ਜੀ, ਤਾਂ ਅੱਗੇ ਗਿਆਨ ਜਾਵੇ। ਹਾਂਜੀ, ਕਿ ਅਸੀਂ ਇੱਥੇ ਆਏ ਹਾਂ ਤਾਂ ਸਾਡਾ ਪਾਸ ਹੋਣ ਅੱਗੇ ਇਨਫੋਰਮੇਸ਼ਨ ਜਾਣੀ ਬਹੁਤ ਜ਼ਰੂਰੀ ਆ ਜੀ, ਹੈ ਨਾ ਜੀ। ਬਸ ਇੰਨਾ ਹੀ ਸੀਗਾ ਜੀ, ਅਤੇ ਅੱਜ ਦਾ ਵਲੌਗ ਇੱਥੇ ਸਮਾਪਤ ਹੁੰਦਾ ਹੈ ਜੀ। ਫਿਰ ਅਗਲੀ ਭਕਾਈ ਲਈ ਫਿਰ ਆਵਾਂਗੇ ਕਿਤੇ। ਸਾਊਥ ਈਸਟ ਵਾਲੇ ਨੋਟ ਕਰ ਲਓ ਆ ਕੇ ਇੱਧਰ।
ਥੈਂਕ ਯੂ ਥੈਂਕ ਯੂ ਧੰਨਵਾਦ।